ਸ਼੍ਰੀ ਕਰਤਾਰਪੁਰ ਸਾਹਿਬ ਜੇਕਰ ਅੱਜ ਗੱਲ ਕਰੀਏ ਤਾਂ ਆਰਟਸ ਗਰੁੱਪ ਦੀ ਇੱਕ ਵੱਡਾ ਜਿਹੜਾ ਸੁਮੇਲ ਜਿਹੜਾ ਹੈਗਾ ਇੱਥੇ ਵੇਖਣ ਨੂੰ ਮਿਲਿਆ ਹੈਗਾ ਔਰ ਵੱਖ ਵੱਖ ਕਲਾਕਾਰ ਜਿਹੜੇ ਹੈਗੇ ਆ ਉਹ ਇੱਥੇ ਅੱਜ ਇਕੱਠੇ ਹੋਏ ਨੇ ਤੇ ਬਹੁਤ ਸ਼ਾਨਦਾਰ ਦੋਵਾਂ ਤਰਫੋਂ ਸਵਾਗਤ ਕੀਤਾ ਗਿਆ। ਮੇਰੇ ਨਾਲ ਠਾਕੁਰ ਸਾਹਿਬ ਹੈਗੇ। ਠਾਕੁਰ ਸਾਹਿਬ, ਪਹਿਲਾਂ ਤਾਂ ਅੱਜ ਨੂੰ ਲੈ ਕੇ ਮਿਊਜ਼ੀਅਮ ਦੇ ਉੱਤੇ ਜੇਕਰ ਗੱਲਬਾਤ ਕਰੀਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਕੀ ਫੀਲ ਕਰਦੇ ਹੋ ਅੱਜ ਨੂੰ ਲੈ ਕੇ? ਦੇਖੋ ਜੀ, ਇਸ ਤਰ੍ਹਾਂ ਤਾਂ ਲੱਗਾ ਹੀ ਨਹੀਂ ਕਿ ਵੀ ਇਹ ਕਿਧਰੋਂ ਹੋਰੋਂ ਆਏ ਨੇ। ਇਹ ਮੈਨੂੰ ਇੰਝ ਲੱਗਦਾ ਜਿਵੇਂ ਮੇਰੀ ਨਾਨੀ ਦੇ ਘਰੋਂ ਆਏ ਨੇ ਤੇ ਦਾਦੀ ਨੂੰ ਮਿਲਣ ਆਏ ਨੇ। ਅਸੀਂ ਸਾਰੇ ਇੱਕੋ ਹੀ ਹੈਗੇ ਹਾਂ, ਇੱਕੋ ਫਜ਼ਾ 'ਚ ਇੱਕੋ ਹਵਾ 'ਚ ਰਹਿੰਦੇ ਹਾਂ। ਮੇਰੇ ਸਾਰੇ ਭੈਣ ਭਰਾ ਉੱਥੇ ਨੇ, ਇਹਨਾਂ ਦੇ ਭੈਣ ਭਰਾ ਇੱਥੇ ਨੇ। ਇਸ ਬਹਾਨੇ ਅਸੀਂ ਗੁਰੂ ਘਰ ਦੇ ਵਿੱਚ ਮਿਲੇ ਹਾਂ। ਖੁਸ਼ੀ ਇਹ ਵੀ ਰੱਬ ਨੇ ਸਾਨੂੰ ਮਿਲਾਉਣਾ ਤਾਂ ਹੈ ਹੀ ਸੀ, ਰੱਬ ਨੇ ਸਾਨੂੰ ਮਿਲਾਉਣਾ ਹੀ ਮਿਲਾਉਣਾ ਸੀ। ਜਿੰਨਾ ਸਾਡੇ ਦਿਲਾਂ 'ਚ ਪਿਆਰ ਹੈਗਾ, ਖੁਸ਼ੀ ਇਹ ਵੇ ਕਿ ਗੁਰੂ ਘਰ 'ਚ ਮਿਲੇ, ਬਾਬੇ ਨਾਨਕ ਦੇ ਲਾਂਘੇ ਮਤਲਬ ਸਾਰਿਆਂ ਨੂੰ ਮਿਲਾਉਂਦੇ। ਹਾਂਜੀ ਹਾਂਜੀ, ਸਾਰਿਆਂ ਨੂੰ ਮਿਲਦੇ ਆ। ਲੰਗਰ 'ਚ ਇਕੱਠਾ ਛਕਿਆ ਜੀ, ਦੁਨੀਆਂ ਦੇ ਬੜੇ ਲੰਗਰ ਮੈਂ ਛਕੇ ਨੇ ਲੇਕਿਨ ਬਾਬੇ ਗੁਰੂ ਨਾਨਕ ਦਾ ਲੰਗਰ ਸਵਾਦ। ਅੱਜ ਜੱਫੀਆਂ ਪਈਆਂ ਵਾ ਭਰਾ, ਸਾਰੇ ਪੱਟੀ ਸਾਹਿਬ ਆਏ, ਧਾਲੀਵਾਲ ਸਾਹਿਬ ਨਾਲ ਜੱਫੀ ਪਈ ਨਿੱਕੀ ਜਿਹੀ। ਕੀ ਬਾਤ ਹੈ ਜੀ, ਬੜੀ ਨਿੱਕੀ ਜੱਫੀ। ਪੱਟੀ ਸਾਹਿਬ ਨੇ ਮੈਨੂੰ ਜਿਸ ਦਿਨ ਦਾ ਮੈਸੇਜ ਕੀਤਾ ਨਾ, ਉਸ ਦਿਨ ਤੋਂ ਬਾਅਦ ਨੀਂਦਰ ਆਈ ਨਹੀਂ। ਆਓ ਸਰ, ਬਿਸਮਿਲ੍ਲਾ। ਮਿਲ ਗਿਆ, ਧੰਨਵਾਦ। ਤਾਂ ਬਿਲਕੁਲ ਠਾਕੁਰ ਸਾਹਿਬ ਦਾ ਕਹਿਣਾ ਹੈਗਾ ਕਿ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਹੈਗਾ ਉਹ ਪਿਆਰ ਜਿਹੜਾ ਹੈਗਾ ਉਹ ਬਿਲਕੁਲ ਦੇਖਣ ਨੂੰ ਮਿਲਿਆ ਔਰ ਦੋਵਾਂ ਤਰਫੋਂ ਬਹੁਤ ਵਧੀਆ ਮਾਹੌਲ ਦੇ ਵਿੱਚ ਜਿਹੜੀ ਹੈਗੀ ਮੁਲਾਕਾਤ ਹੋਈ ਹੈਗੀ ਹੈ। ਠਾਕੁਰ ਸਾਹਿਬ ਵੱਲੋਂ ਕਹਿ ਵੀ ਗਿਆ ਹੈਗਾ ਕਿ ਜਲਦ ਹੀ ਨਵੀਂ ਫਿਲਮ ਜਿਹੜੀ ਹੈਗੀ ਆ ਉਹ ਵੀ ਨਾਲ ਕਹਿ ਸਕਦੇ ਕਿ 3 ਤੋਂ 4 ਮਹੀਨੇ ਦੇ ਵਿੱਚ ਦਰਸ਼ਕਾਂ ਨੂੰ ਜਲਦ ਹੀ ਪੇਸ਼ ਕਹਿ ਸਕਦੇ ਹਾਂ ਕਿ ਦੇਖਣ ਨੂੰ ਮਿਲੂਗੀ। ਜਲਦ ਹੀ ਦਰਸ਼ਕਾਂ ਦਾ ਜਿਹੜਾ ਲੰਬਾ ਇੰਤਜ਼ਾਰ ਹੈਗਾ ਉਹ ਵੀ ਖਤਮ ਹੋਊਗਾ। ਤਾਂ ਜਦੀ ਇਸ ਕਹਿ ਸਕਦੇ ਕਿ ਆਰਟ ਗਰੁੱਪ ਦੀ ਵੱਡੀ ਮੁਲਾਕਾਤ ਜਿੱਥੇ ਵੱਖ ਵੱਖ ਕਲਾਕਾਰ ਜਿਹੜੇ ਹੈਗੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਸਨ, ਤਾਂ ਦੋਨਾਂ ਤਰਫੋਂ ਦੇ ਕਲਾਕਾਰਾਂ ਵੱਲੋਂ ਅੱਜ ਬਿਲਕੁਲ ਬਹੁਤ ਸੁਖਾਵੇਂ ਮਾਹੌਲ ਦੇ ਵਿੱਚ ਜਿਹੜਾ ਹੈਗਾ ਹੈ ਇਹ ਮੁਲਾਕਾਤ ਦੀਆਂ ਤਸਵੀਰਾਂ ਅੱਜ ਸਾਹਮਣੇ ਆਈਆਂ। ਸੋ ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਸ਼੍ਰੀ ਕਰਤਾਰਪੁਰ ਸਾਹਿਬ ਵੱਲੋਂ। ਸ਼੍ਰੀ ਕਰਤਾਰਪੁਰ ਸਾਹਿਬ ਜੇਕਰ ਅੱਜ ਗੱਲ ਕਰੀਏ ਤਾਂ ਆਰਟਸ ਗਰੁੱਪ ਦੀ ਇੱਕ ਵੱਡਾ ਜਿਹੜਾ ਸੁਮੇਲ ਜਿਹੜਾ ਹੈਗਾ ਇੱਥੇ ਵੇਖਣ ਨੂੰ ਮਿਲਿਆ ਹੈਗਾ ਔਰ ਵੱਖ ਵੱਖ ਕਲਾਕਾਰ ਜਿਹੜੇ ਹੈਗੇ ਉਹ ਇੱਥੇ ਅੱਜ ਇਕੱਠੇ ਹੋਏ ਨੇ ਤੇ ਬਹੁਤ ਸ਼ਾਨਦਾਰ ਦੋਵਾਂ ਤਰਫੋਂ ਸਵਾਗਤ ਕੀਤਾ ਗਿਆ। ਮੇਰੇ ਨਾਲ ਠਾਕੁਰ ਸਾਹਿਬ ਹੈਗੇ। ਠਾਕੁਰ ਸਾਹਿਬ, ਪਹਿਲਾਂ ਤਾਂ ਅੱਜ ਨੂੰ ਲੈ ਕੇ ਮਿਊਜ਼ੀਅਮ ਦੇ ਉੱਤੇ ਜੇਕਰ ਗੱਲਬਾਤ ਕਰੀਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਔਰ ਕੀ ਫੀਲ ਕਰਦੇ ਹੋ ਅੱਜ ਨੂੰ ਲੈ ਕੇ? ਦੇਖੋ ਜੀ, ਇਸ ਤਰ੍ਹਾਂ ਤਾਂ ਲੱਗਾ ਹੀ ਨਹੀਂ ਕਿ ਵੀ ਇਹ ਕਿਧਰੋਂ ਹੋਰੋਂ ਆਏ ਨੇ। ਇਹ ਮੈਨੂੰ ਇੰਝ ਲੱਗਦਾ ਜਿਵੇਂ ਮੇਰੀ ਨਾਨੀ ਦੇ ਘਰੋਂ ਆਏ ਨੇ ਤੇ ਦਾਦੀ ਨੂੰ ਮਿਲਣ ਆਏ ਨੇ। ਅਸੀਂ ਸਾਰੇ ਇੱਕੋ ਹੀ ਹੈਗੇ ਹਾਂ, ਇੱਕੋ ਫਜ਼ਾ 'ਚ ਇੱਕੋ ਹਵਾ 'ਚ ਰਹਿੰਦੇ ਹਾਂ। ਮੇਰੇ ਸਾਰੇ ਭੈਣ ਭਰਾ ਉੱਥੇ ਨੇ, ਇਹਨਾਂ ਦੇ ਭੈਣ ਭਰਾ ਇੱਥੇ ਨੇ। ਇਸ ਬਹਾਨੇ ਅਸੀਂ ਗੁਰੂ ਘਰ ਦੇ ਵਿੱਚ ਮਿਲੇ ਹਾਂ। ਖੁਸ਼ੀ ਇਹ ਵੀ ਰੱਬ ਨੇ ਸਾਨੂੰ ਮਿਲਾਉਣਾ ਤਾਂ ਹੈ ਹੀ ਸੀ, ਰੱਬ ਨੇ ਸਾਨੂੰ ਮਿਲਾਉਣਾ ਹੀ ਮਿਲਾਉਣਾ ਸੀ। ਜਿੰਨਾ ਸਾਡੇ ਦਿਲਾਂ 'ਚ ਪਿਆਰ ਹੈਗਾ, ਖੁਸ਼ੀ ਇਹ ਵੇ ਕਿ ਗੁਰੂ ਘਰ 'ਚ ਮਿਲੇ, ਬਾਬੇ ਨਾਨਕ ਦੇ ਲਾਂਘੇ ਮਤਲਬ ਸਾਰਿਆਂ ਨੂੰ ਮਿਲਾਉਂਦੇ। ਹਾਂਜੀ ਹਾਂਜੀ, ਸਾਰਿਆਂ ਨੂੰ ਮਿਲਦੇ ਆ। ਲੰਗਰ 'ਚ ਇਕੱਠਾ ਛਕਿਆ ਜੀ, ਦੁਨੀਆਂ ਦੇ ਬੜੇ ਲੰਗਰ ਮੈਂ ਛਕੇ ਨੇ ਲੇਕਿਨ ਬਾਬੇ ਗੁਰੂ ਨਾਨਕ ਦਾ ਲੰਗਰ ਸਵਾਦ। ਅੱਜ ਜੱਫੀਆਂ ਪਈਆਂ ਵਾ ਭਰਾ, ਸਾਰੇ ਪੱਟੀ ਸਾਹਿਬ ਆਏ, ਧਾਲੀਵਾਲ ਸਾਹਿਬ ਨਾਲ ਜੱਫੀ ਪਈ ਨਿੱਕੀ ਜਿਹੀ। ਕੀ ਬਾਤ ਹੈ ਜੀ, ਬੜੀ ਨਿੱਕੀ ਜੱਫੀ। ਪੱਟੀ ਸਾਹਿਬ ਨੇ ਮੈਨੂੰ ਜਿਸ ਦਿਨ ਦਾ ਮੈਸੇਜ ਕੀਤਾ ਨਾ, ਉਸ ਦਿਨ ਤੋਂ ਬਾਅਦ ਨੀਂਦਰ ਆਈ ਨਹੀਂ। ਆਓ ਸਰ, ਬਿਸਮਿਲ੍ਲਾ। ਮਿਲ ਗਿਆ, ਧੰਨਵਾਦ। ਤਾਂ ਬਿਲਕੁਲ ਠਾਕੁਰ ਸਾਹਿਬ ਦਾ ਕਹਿਣਾ ਹੈਗਾ ਕਿ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਹੈਗਾ ਉਹ ਪਿਆਰ ਜਿਹੜਾ ਹੈਗਾ ਉਹ ਬਿਲਕੁਲ ਦੇਖਣ ਨੂੰ ਮਿਲਿਆ ਔਰ ਦੋਵਾਂ ਤਰਫੋਂ ਬਹੁਤ ਵਧੀਆ ਮਾਹੌਲ ਦੇ ਵਿੱਚ ਜਿਹੜੀ ਹੈਗੀ ਮੁਲਾਕਾਤ ਹੋਈ ਹੈਗੀ ਹੈ। ਠਾਕੁਰ ਸਾਹਿਬ ਵੱਲੋਂ ਕਹਿ ਵੀ ਗਿਆ ਹੈਗਾ ਕਿ ਜਲਦ ਹੀ ਨਵੀਂ ਫਿਲਮ ਜਿਹੜੀ ਹੈਗੀ ਆ ਉਹ ਵੀ ਨਾਲ ਕਹਿ ਸਕਦੇ ਕਿ 3 ਤੋਂ 4 ਮਹੀਨੇ ਦੇ ਵਿੱਚ ਦਰਸ਼ਕਾਂ ਨੂੰ ਜਲਦ ਹੀ ਪੇਸ਼ ਕਹਿ ਸਕਦੇ ਹਾਂ ਕਿ ਦੇਖਣ ਨੂੰ ਮਿਲੂਗੀ। ਜਲਦ ਹੀ ਦਰਸ਼ਕਾਂ ਦਾ ਜਿਹੜਾ ਲੰਬਾ ਇੰਤਜ਼ਾਰ ਹੈਗਾ ਉਹ ਵੀ ਖਤਮ ਹੋਊਗਾ। ਤਾਂ ਜਦੀ ਇਸ ਕਹਿ ਸਕਦੇ ਕਿ ਆਰਟ ਗਰੁੱਪ ਦੀ ਵੱਡੀ ਮੁਲਾਕਾਤ ਜਿੱਥੇ ਵੱਖ ਵੱਖ ਕਲਾਕਾਰ ਜਿਹੜੇ ਹੈਗੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਸਨ, ਤਾਂ ਦੋਨਾਂ ਤਰਫੋਂ ਦੇ ਕਲਾਕਾਰਾਂ ਵੱਲੋਂ ਅੱਜ ਬਿਲਕੁਲ ਬਹੁਤ ਸੁਖਾਵੇਂ ਮਾਹੌਲ ਦੇ ਵਿੱਚ ਜਿਹੜਾ ਹੈਗਾ ਇਹ ਮੁਲਾਕਾਤ ਦੀਆਂ ਤਸਵੀਰਾਂ ਅੱਜ ਸਾਹਮਣੇ ਆਈਆਂ। ਸੋ ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਸ਼੍ਰੀ ਕਰਤਾਰਪੁਰ ਸਾਹਿਬ ਵੱਲੋਂ।